ਮੋਟਰਸਾਈਕਲ ਦੇਖਣ ਨੂੰ ਚੰਗੇ ਬੰਦੇ ਐਦਾਂ ਜਾਣਾ ਹੁਣ ਇੱਕ ਹੇ ਗਾਇਜ਼ ਵਟਸ ਅਪ ਦਿਸ ਇਜ਼ ਹੈ ਜ਼ੈਲਦਾਰ ਤੇ ਅੱਜ ਹਮ ਕੀ ਕਰਾਂਗੇ ਅੱਜ ਹਮ ਰਾਈਡ ਕਰਾਂਗੇ ਮੋਸਟਰ ਬਾਈਕ ਹਾਂਜੀ ਤੁਸੀਂ ਆਹ ਵਾਲੀ ਰੀਲ ਦੇਖੀ ਹੋਣੀ ਜਿਹੜੀ ਤੁਹਾਨੂੰ ਸਾਈਡ ਤੇ ਸ਼ੋਅ ਹੋ ਰਹੀ ਹੈ ਇੰਸਟਾਗ੍ਰਾਮ ਤੇ ਬਹੁਤ ਜ਼ਿਆਦਾ ਕੁਐਰੀਜ਼ ਆਉਂਦੀਆਂ ਸੀਗੀਆਂ ਕਿਹੜੀ ਬਾਈਕ ਆ ਕੀ ਆ ਸੋ ਅੱਜ ਆਪਾਂ ਇੱਥੇ ਇੱਕ ਪ੍ਰੋਪਰ ਵਲੌਗ ਕਰਾਂਗੇ ਸਾਹਮਣੇ ਬਾਈਕ ਖੜੀ ਆ ਤੇ ਇੱਧਰ ਮੇਰੇ ਵਾਲੀ ਗੱਡੀ ਆ ਇੱਧਰ ਭਾਈ ਵਾਲੀ ਗੱਡੀ ਆ ਮੇਰੇ ਵਾਲੀ ਗੱਡੀ ਦਾ ਥੋੜਾ ਐਕਸੀਡੈਂਟ ਹੋ ਗਿਆ ਸੀਗਾ ਤਾਂ ਕਰਕੇ ਇੱਥੋਂ ਜਿਹੜਾ ਸੱਪ ਸੀਗਾ ਆਪਣੇ ਉਹ ਲਾਇਆ ਹੋਇਆ ਸੱਪ ਗਿਆ ਘੁੰਮਣ ਤੇ ਇਹਨੂੰ ਆਪਾਂ ਦੁਬਾਰਾ ਪਵਾ ਲੈਣਾ ਆ ਹੁਣ ਹਾਂਜੀ ਪੰਗਾ ਬਾਈਕ ਦਾ ਇੱਕ ਨਹੀਂ ਆ ਹੁਣ ਇਹਦੀ ਸੈਲਫ ਚੱਲਦੀ ਨਹੀਂ ਪਈ ਸਾਰੇ ਜਣੇ ਧੱਕਾ ਮਾਰ ਕੇ ਇਹਨੂੰ ਸਟਾਰਟ ਕਰੂਗੇ ਤੇ ਉਦਾਂ ਮੈਂ ਤੁਹਾਨੂੰ ਦੱਸ ਦੇਣਾ ਇਹ ਸਾਰਾ ਕਸਟਮ ਮੇਡ ਆ ਖੁਦ ਬਣਵਾਇਆ ਆ ਆਪਾਂ ਇਹਦੀ ਜਿਹੜੀ ਕੋਸਟਿੰਗ ਸੀਗੀ ਉਹ 3-4 ਲੱਖ ਪੈ ਗਈ ਸੀਗੀ ਆਪਾਂ ਨੂੰ ਬਟ ਆਪਣੇ ਕੋਲ ਅੱਧੀਆਂ ਚੀਜ਼ਾਂ ਸੀਗੀਆਂ ਜਿੱਦਾਂ ਟਾਇਰ ਹੋ ਗਏ ਹਾਰਨਸ ਵਗੈਰਾ ਲਾਈਟਸ ਵਗੈਰਾ ਇਹ ਕੁਛ ਕੁ ਚੀਜ਼ਾਂ ਆਪਣੇ ਕੋਲ ਪਹਿਲਾਂ ਹੀ ਪਈਆਂ ਹੋਈਆਂ ਸੀਗੀਆਂ ਇੰਜਨ ਵੀ ਪਹਿਲਾਂ ਹੀ ਪਿਆ ਸੀਗਾ ਤੇ ਇੰਜਨ ਕਿਹੜੇ ਬਾਈਕ ਦਾ ਸੀਗਾ ਉਹ ਮੈਂ ਤੁਹਾਨੂੰ ਐਂਡ 'ਚ ਦੱਸੂਗਾ ਬਾਈਕ ਮੈਂ ਐਂਡ 'ਚ ਰਿਵੀਲ ਕਰੂੰਗਾ ਕਿਹੜੀ ਸੀਗੀ ਇਹ ਤਾਂ ਉਦਾਂ ਸੈਲਫ ਇਹਦੀ ਬਹੁਤ ਵਧੀਆ ਆ ਰੀਜ਼ਨ ਇਹ ਆ ਕਿਉਂਕਿ ਨਾ ਇਹ ਪੂਰਾ ਸਾਲ ਖੜਾ ਰਿਹਾ ਤੇ ਉਹਦੇ ਕਰਕੇ ਨਾ ਹੁਣ ਅਸੀਂ ਇਹਦੇ 'ਚ ਕਮੀਆਂ ਆ ਜਾਂਦੀਆਂ ਬਿਕੋਜ਼ ਕਸਟਮ ਮੇਡ ਹੈ ਨਾ ਇਹਦੇ ਕਰਕੇ ਇਹਦੇ 'ਚ ਕਾਫੀ ਕਮੀਆਂ ਆਈਆਂ ਹੋਈਆਂ ਜਿੱਦਾਂ ਬੈਟਰੀ ਇਸ਼ੂ ਆਇਆ ਹੋਇਆ ਜੇ ਧੱਕਾ ਮਾਰ ਕੇ ਕਰਾਂਗੇ ਜਿੱਦਾਂ ਮਰਜ਼ੀ ਕਰਾਂਗੇ ਪਰ ਜੀ ਭਾਜੀ ਫਰੋਮ ਅੱਜ ਤੱਕ ਕੀ ਲੱਗਦਾ ਭਾਈ ਕੋ ਧੱਕਾ ਮਾਰ ਕੇ ਸਟਾਰਟ ਹੋ ਜਾਊਗਾ ਨਹੀਂ ਇਹ ਹੀ ਸੀਗਾ ਨਹੀਂ ਹੋਣਾ ਹੋਇਆ ਹੀ ਨਹੀਂ ਇੰਨੀ ਛੇਤੀ ਨਹੀਂ ਹੋਣਾ ਇਹ ਦੇਖਣ ਨੂੰ ਹੀ ਸੋਹਣਾ ਲੱਗਦਾ ਇਹ ਜ਼ੋਰ ਲੱਗਦਾ ਜਦੋਂ ਉਦੋਂ ਪਤਾ ਲੱਗਦਾ ਚਲੋ ਹੁਣ ਅੱਗੇ ਲੈ ਕੇ ਜਾਓ ਇਹਨੂੰ 15 ਮਿੰਟਸ ਲੇਟਰ ਮੋਟਰਸਾਈਕਲ ਦੇਖਣ ਨੂੰ ਚੰਗੇ ਬੰਦੇ ਇਕੱਠੇ ਹੋ ਗਏ ਫੇ ਹੈ ਖੁਸ਼ ਕਿੰਨੇ ਖੁਸ਼ ਹੈ ਪੂਰੇ ਹੈ ਪਹਿਲੀ ਵਾਰ ਦੇਖਾ ਹੈ ਜ਼ਿੰਦਗੀ ਮੇਂ ਐਸਾ ਮੋਟਰਸਾਈਕਲ ਐਸਾ ਦੇਖਾ ਹੀ ਨਹੀਂ ਹੈ ਕੀ ਚੱਕਰ ਪੈ ਗਿਆ ਇਹਨੂੰ ਇਹਦੀਆਂ ਤਾਰਾਂ ਵੀ ਹਿੱਲ ਜਾਂਦੀਆਂ ਆ ਇਧਰ ਤੇਰੇ ਵੱਲੋਂ ਹਿਲਦੀ ਲੱਗਦੀ ਯਾਰ ਇਹਨੂੰ ਕਹਿੰਦੇ ਆ ਕੋਕਰੋਚ ਬਾਈਕ ਹਲਾਈ ਹਾਂ ਇਧਰੋਂ ਹਿਲਦੀ ਕਿੱਥੋਂ ਹਿਲਦੀ ਆ ਡੱਡੂ ਬਾਈਕ ਡੱਡੂ ਬਾਈਕ ਕਿਹਦਾ ਲੱਗ ਰਿਹਾ ਹੈ ਆਪਕੋ ਮੋਟਰਸਾਈਕਲ ਬਹੁਤ ਬੜੀਆ ਬਹੁਤ ਬੜੀਆ ਹੈ ਆਪਕੋ ਕਿਹਦਾ ਲੱਗ ਰਿਹਾ ਹੈ ਠੀਕ ਹੈ ਹਿੱਲ ਜਾਂਦੀ ਹੈ ਧੱਕਾ ਮਾਰੋ ਧੱਕਾ ਮਾਰੋ ਪਹਿਲੇ ਇਹ 50 ਲੱਖ ਧੱਕਾ ਮਾਰ ਦੋ 50 ਲੱਖ ਭਾਈ ਤੁਹਾਡੀ ਕੋਈ ਗੱਲ ਹੀ ਨਹੀਂ ਸੁਣ ਰਹੇ ਮੋਟਰਸਾਈਕਲ ਖਰਾਬ ਹੋ ਗਿਆ ਬੰਦੇ ਧੱਕਾ ਮਾਰਦੇ ਪਏ ਆ ਚਲੋ ਛੱਡ ਦੇ ਜੋਰ ਲਗਾ ਕੇ ਹਾਈ ਚਾ ਕੋਈ ਨਾ ਲਗਾਓ ਸਾ ਚੱਲ ਪਿਆ ਭਾਈ ਨੇ ਹੱਥ ਕਰਾ ਭਾਈ ਫਾਈਨਲੀ ਮੋਟਰਸਾਈਕਲ ਸਟਾਰਟ ਹੋ ਗਿਆ ਹਜੇ ਮੋਟਰਸਾਈਕਲ ਸਿਰਫ 5 ਮਿੰਟ ਚਲਾਇਆ ਤੇ ਪੂਰੇ ਪਸੀਨੇ ਨਾਲ ਭਿੱਜ ਚੁੱਕੇ ਆ ਇੱਥੋਂ ਆਪਾਂ ਜਾਣਾ ਹੈ 15-20 ਕਿਲੋਮੀਟਰ ਦੂਰ ਤੇ ਮੋਟਰਸਾਈਕਲ ਦੀ ਜਿਹੜੀ ਹੈਂਡਲਿੰਗ ਆ ਬੈਲੈਂਸਿੰਗ ਆ ਉਹ ਬਹੁਤ ਔਖੀ ਆ ਇਹਨੂੰ ਹੁਣ ਆਪਾਂ ਇੱਥੇ ਲੱਦ ਕੇ ਲੈ ਕੇ ਜਾਵਾਂਗੇ ਕਪੂਰਥਲੇ ਫਿਰ ਉੱਥੇ ਦੁਬਾਰਾ ਪਬਲਿਕ ਰਿਐਕਸ਼ਨ ਨੋਟ ਕਰਾਂਗੇ ਕਿਉਂਕਿ ਇੱਥੇ ਪੋਪੂਲੇਸ਼ਨ ਘੱਟ ਆ ਪਿੰਡ 'ਚ ਤੇ ਉੱਧਰ ਆਊਗੀ ਪ੍ਰੋਪਰ ਰਿਐਕਸ਼ਨ ਜਾਣ ਦੋ ਤੁਸੀਂ ਕਰੋ ਸੈਟਿੰਗ ਮੈਂ ਮਾੜੀ ਕੋਲਡ ਸਟੋਰੇਜ ਦਿਖਾਵਾਂ ਲੋਕਾਂ ਨੂੰ ਬੱਤੀਆਂ ਜਗਾਈ ਹਾਂ ਜਲਾ ਦੋ ਬੱਤੀਆਂ ਜਗਾ ਸਾਰੀਆਂ ਸੋ ਇਹ ਹੁੰਦੀ ਆ ਕੋਲਡ ਸਟੋਰੇਜ ਚਾਰ ਫਲੋਰ ਆ ਇਧਰੋਂ ਇੱਕ ਥੱਲੇ ਬੇਸਮੈਂਟ ਚ ਵੀ ਆ ਤੇ ਉੱਤੇ ਵੀ 3 ਫਲੋਰ ਆ ਟੋਟਲ 5 ਆ ਤੂੰ 4 ਕਹੀ ਜਾਂਦੇ ਮਾਰੇ ਤੁਹਾਨੂੰ ਕੀ ਪਤਾ 1.5 ਲੱਖ ਰੱਸੇ ਨਾ ਬੰਨ ਲਿਆ ਹੁਣ ਪਰ ਰੱਸਾ ਥੋੜਾ ਢਿੱਲਾ ਆ ਐਦਾਂ ਜਾਣਾ ਹੁਣ ਕਪੂਰਥਲੇ ਚੜ ਜਾਓ ਇਹਦੇ ਉੱਤੇ ਹੁਣ ਇੱਧਰ ਹੋ ਗਿਆ ਸਹੀ ਗੱਲ ਭੇਜ ਗਏ ਭਾਈ ਨਾ ਗਏ ਇਸ ਲਈ ਮਿਹਨਤ ਕਰਦੇ ਪਏ ਸਾਰਾ ਦਿਹਾੜੀ ਲਾਈ ਭਾਈ ਨੂੰ ਹੁਣ ਆਪਾਂ 500 ਰੁਪਿਆ ਦੇਣਾ 500 ਕੋਸ ਟੂ ਪੈਬੀ ਰੰਧਾਵਾ ਮੋਰੇ 1 2 3 4
ਲੱਗਾ ਕਿੱਦਾਂ ਅੰਕਲ ਜੀ ਦੱਸੋ ਪਹਿਲਾਂ ਤੁਸੀਂ ਵਧੀਆ ਲੱਗਾ ਅੰਕਲ ਤੁਹਾਨੂੰ ਪਹਿਲਾਂ ਦੱਸੋ ਇੱਧਰ ਬਹੁਤ ਵਧੀਆ ਰਿਐਕਸ਼ਨ ਦੱਸੋ ਉਹ ਵੱਕੜ ਆ ਗਏ ਅੰਕਲ ਕੀੜੇ ਬੜੇ ਹੁੰਦੇ ਯਾਰ ਅੰਕਲ ਲੈਟ ਨੂੰ ਆਂਦੇ ਅੰਕਲ ਸੋਹਣਾ ਲੱਗਾ ਉਦਾਂ ਕਿੰਨਾ ਅੰਕਲ ਤੁਹਾਡਾ ਭਰ ਜਿਆਦਾ ਘਰਾ ਮੋਟਰਸਾਈਕਲ ਆ अंकल जेट गड्डी का चलान कितना होता दसो ढिल्लो साहब कुछ अपने सब्सक्राइबर बारे की कहना चाहोगे सब्सक्राइबर अपने जो देखते पे वीडियो थुके थक थुके पहुंच गए अपनी जगह से भाई तुम्हें पता कि दर्द में सौ लगे जिदा जी टी ए सिलेंडर ही तो पूरा बंदा बाहर कड़िया आउटफिट समेत चलो यार खाइए कुछ बड़ी भुख लगी भाई मेनू भी दे दिया तू क्यों नहीं पाता रील तू क्यों नहीं पाता व्लॉग जिदन मैं आया ना उदन टकरू तेन नैट पे ये जी चीज है ना जरूर पिया करो पर पैक है तुम नैचुरल पिया करो ये चीज अज मिले भाई अपने भाई वे भाई सब वे आले भाई अपने फुल इंजॉय हो गया हुण चले सारे जने घरां नूं सो तुहानूं व्लॉग किद्दां दा लगा कमेंट सैक्शन जरूर दस्सिओ जे वधिया लगा लाइक कर दिओ ते चैनल नूं वी जरूर सबसक्राइब कर दिओ मिलदे आं अगली वीडियो च टिल दैन पीस आउट।